ਮੈਨੂੰ ਸਾਰੇ ਕਹਿੰਦੇ ਸਭਾ ਤੂੰ ਬੜੀ ਫਰੋਂਤਲ ਏ, ਤੂੰ ਬੜਾ ਫਿਰਨੀ ਏ। ਮੈਂ ਆਖਿਆ ਤੁਸੀਂ ਵੀ ਫਿਰ ਲਵੋ, ਤੁਸੀਂ ਵੀ ਫਰੋਂਤਲ ਬਣ ਜਾਓ। ਤੁਹਾਡੇ ਕੋਲ ਨਹੀਂ ਫਿਰਿਆ ਜਾਂਦਾ, ਤੁਹਾਡੀਆਂ ਲੱਤਾਂ ਤੇ ਗੋਡੇ ਕੰਮ ਨਹੀਂ ਕਰਦੇ। ਮੈਂ ਆਖਿਆ ਜਦੋਂ ਤੱਕ ਮੇਰੀਆਂ ਲੱਤਾਂ ਦੇ ਵਿੱਚ ਜਾਨ ਏ, ਮੇਰੇ ਗਿੱਟੇ ਕੰਮ ਕਰਦੇ ਨੇ, ਮੇਰੇ ਗੋਡੇ ਕੰਮ ਕਰਦੇ ਨੇ, ਉਦੋਂ ਤੱਕ ਤਾਂ ਮੈਂ ਫਿਰਦੀ ਰਵਾਂਗੀ। ਜੇ ਕੌਣ ਸਾ ਮੁਸ਼ਕਿਲ ਕੰਮ ਹੈ, ਮੈਂ ਆਖਿਆ ਜਾ ਹਾਂ ਦੋ ਮਿੰਟ ਖਲੋ ਤੇ ਸਹੀ। 2 ਸੈਕਿੰਡਾਂ ਦੇ ਵਿੱਚ ਹੀ ਲੁੰਝਲਣ ਲੱਗ ਗਈ, ਕਦੀ ਹੱਥ ਹਿਲਾਵੇ ਤੇ ਕਦੀ ਅੱਖਾਂ ਹਿਲਾਵੇ। ਮੈਂ ਆਖਿਆ ਆਈਆ ਆਈਆ ਧੀਏ, ਤੇਰੇ ਵੱਸ ਦਾ ਕੰਮ ਨਹੀਂ। ਮਿਲਕਸ਼ੇਕ ਵਾਲੇ ਨੂੰ ਮੈਂ ਆਖਿਆ ਤੂੰ ਇਹਨਾਂ ਨੂੰ ਇੱਕ ਇੱਕ ਗਲਾਸ ਮਿਲਕਸ਼ੇਕ ਦਾ ਦੇ ਦੇ, ਫਿਰ 2-2 ਘੁੱਟ ਬੱਚੇ ਪੀਣ ਤੇ 4-4 ਘੁੱਟ ਮੈਂ ਬੱਚਿਆਂ ਕੋਲੋਂ ਮੁੱਛ ਮੁੱਛ ਕੇ ਪੀਵਾਂ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਤਬੀਸ਼ਤਾਂ, ਸਿਹਤਾਂ, ਨਿਯਤਾਂ ਸਭ ਠੀਕ ਠਾਕ ਹੈ? ਅਚਾਨਕ ਬੈਠੇ ਬੈਠੇ ਸਿਸਟਰ ਕਹਿੰਦੀ ਚੱਲ ਬਾਜ਼ਾਰ ਚੱਲੀਏ। ਮੈਂ ਕਿਹਾ ਨਾ, ਮੇਰਾ ਉੱਥੇ ਕੀ ਕੰਮ, ਮੈਂ ਤਾਂ ਨਹੀਂ ਜਾਣਾ। ਕਹਿੰਦੀ ਨਹੀਂ ਨਹੀਂ ਚੱਲ ਮੇਰੇ ਨਾਲ, ਚੱਲ ਮੈਂ ਸ਼ੋਪਿੰਗ ਕਰਨੀ। ਮੈਂ ਕਿਹਾ ਚੱਲ ਫਿਰ ਤੁਰ, ਤੈਨੂੰ ਨਹੀਂ ਮਨਾ ਕਰ ਸਕਦੀ, ਭੈਣਾਂ ਭਰਾਵਾਂ ਦੀ ਫਿਰ ਮੰਨਣੀ ਨਹੀਂ ਪੈਂਦੀ ਏ। ਮੈਂ ਫਿਰ ਸਿਸਟਰ ਦੇ ਨਾਲ ਕਰੀਮ ਬਲਾਕ ਮਾਰਕੀਟ ਚਲੀ ਗਈ। ਰਸਤੇ ਦੇ ਵਿੱਚ ਇੰਨੀ ਟ੍ਰੈਫਿਕ, ਜਿਵੇਂ ਅਸੀਂ ਬੜੇ ਪ੍ਰੋਟੋਕੋਲ ਵਾਲੇ ਮਹਿਮਾਨ ਆ ਤੇ ਸਾਨੂੰ ਵੇਖ ਕੇ ਸਾਰਿਆਂ ਨੇ ਸਾਨੂੰ ਰਾਹ ਦੇ ਦੇਣਾ। ਕਿਆ ਇਹ ਪਹਿਲੇ ਕਿਆ ਬੋਲਾ, ਚੱਲ ਇੱਧਰ ਵੇਖੋ ਰਸ਼, ਉੱਧਰ ਵੇਖੋ ਰਸ਼। ਖੈਰ ਰਸ਼ ਵਿੱਚ ਲੰਘ ਲੰਘਾ ਕੇ ਅਸੀਂ ਮਾਰਕੀਟ ਪਹੁੰਚੇ ਤੇ ਰਕਸ਼ੇ ਵਾਲੇ ਨੂੰ ਕਿਰਾਇਆ ਦੇ ਕੇ ਅਸੀਂ ਆਖਿਆ ਤੂੰ ਤਾਂ ਜਾ ਵੀਰੇ, ਅਗਲੀ ਸਵਾਰੀ ਲੱਭ। ਬਸ ਫਿਰ ਸ਼ੋਪਿੰਗ ਤੇ ਵਲੌਗ ਦੋਨੋਂ ਕੰਮ ਨਾਲ ਨਾਲ ਹੁੰਦੇ ਗਏ। ਮੇਰਾ ਧਿਆਨ ਵਲੌਗ ਵੱਲ ਸੀ, ਮੇਰੀ ਸਿਸਟਰ ਦਾ ਧਿਆਨ ਸ਼ੋਪਿੰਗ ਵੱਲ ਸੀ, ਕਿਉਂਕਿ ਉਹਨੇ ਆਪਣੇ ਬੱਚਿਆਂ ਦੀ ਸ਼ੋਪਿੰਗ ਕਰਨੀ ਸੀ, ਉਹਨੇ ਪੈਸੇ ਭਰਨੇ ਸੀ, ਇਸ ਲਈ ਉਹਨੇ ਆਪਣਾ ਧਿਆਨ ਸ਼ੋਪਿੰਗ ਵੱਲ ਰੱਖਿਆ। ਮੈਨੂੰ ਸਾਰੇ ਕਹਿੰਦੇ ਸਭਾ ਤੂੰ ਬੜੀ ਫਰੋਂਤਲ ਏ, ਤੂੰ ਬੜਾ ਫਿਰਨੀ ਏ। ਮੈਂ ਆਖਿਆ ਤੁਸੀਂ ਵੀ ਫਿਰ ਲਵੋ, ਤੁਸੀਂ ਵੀ ਫਰੋਂਤਲ ਬਣ ਜਾਓ। ਤੁਹਾਡੇ ਕੋਲ ਨਹੀਂ ਫਿਰਿਆ ਜਾਂਦਾ, ਤੁਹਾਡੀਆਂ ਲੱਤਾਂ ਤੇ ਗੋਡੇ ਕੰਮ ਨਹੀਂ ਕਰਦੇ। ਮੈਂ ਕਿਹਾ ਫਿਰਿਆ ਕਰੋ ਤੁਸੀਂ ਵੀ, ਬਸ ਤੁਹਾਨੂੰ ਮੂੰਹ ਹਿਲਾਉਣਾ ਆਉਂਦਾ ਤੇ ਗੱਲਾਂ ਕਰਨੀਆਂ ਆਉਂਦੀਆਂ ਨੇ, ਏਡੀਆਂ ਤੁਸੀਂ ਚਾਤਰਾਂ। ਮੈਂ ਕਿਹਾ ਜਦੋਂ ਤੱਕ ਮੇਰੀਆਂ ਲੱਤਾਂ ਦੇ ਵਿੱਚ ਜਾਨ ਏ, ਮੇਰੇ ਗਿੱਟੇ ਕੰਮ ਕਰਦੇ ਨੇ, ਮੇਰੇ ਗੋਡੇ ਕੰਮ ਕਰਦੇ ਨੇ, ਉਦੋਂ ਤੱਕ ਤਾਂ ਮੈਂ ਫਿਰਦੀ ਰਵਾਂਗੀ, ਅੱਗੋਂ ਫਿਰ ਜੋ ਅੱਲਾ ਨੂੰ ਮਨਜ਼ੂਰ। ਮੈਂ ਆਪਣੀ ਬੇਟੀ ਨੂੰ ਆਖਿਆ, ਮੈਂ ਕਿਹਾ ਹਿੰਮਤ ਇਹਨਾਂ ਡੰਮੀਆਂ ਦੀ ਵੇਖ, ਖਲੋਤੀਆਂ ਰਹਿੰਦੀਆਂ ਨੇ, ਥੱਕਦੀਆਂ ਵੀ ਨਹੀਂ। ਆ ਜਿਹੜੇ ਪੁਤਲੇ ਹੋ ਗਏ, ਡੰਮੀਆਂ ਹੋ ਗਏ, ਮੈਂ ਕਿਹਾ ਵੇਖ ਥੱਕਦੇ ਵੀ ਨਹੀਂ, ਖਲੋਤੇ ਰਹਿੰਦੇ ਨੇ, ਅਤੇ ਮੈਂ ਕਿਹਾ ਤੂੰ ਖਲੋ ਸਕਦੀ? ਕਹਿੰਦੀ ਹਾਂਜੀ ਮੰਮਾ, ਜੇ ਕੌਣ ਸਾ ਮੁਸ਼ਕਿਲ ਕੰਮ ਹੈ। ਮੈਂ ਕਿਹਾ ਜਾ ਹਾਂ 2 ਮਿੰਟ ਖਲੋ ਤੇ ਸਹੀ। 2 ਸੈਕਿੰਡਾਂ ਦੇ ਵਿੱਚ ਹੀ ਲੁੰਝਲਣ ਲੱਗ ਗਈ, ਕਦੀ ਹੱਥ ਹਿਲਾਵੇ ਤੇ ਕਦੀ ਅੱਖਾਂ ਹਿਲਾਵੇ। ਮੈਂ ਕਿਹਾ ਆਈਆ ਆਈਆ ਧੀਏ, ਤੇਰੇ ਵੱਸ ਦਾ ਕੰਮ ਨਹੀਂ। ਇਹ ਹਿੰਮਤ ਇਹਨਾਂ ਡੰਮੀਆਂ ਦੀ ਜਿਹੜੀਆਂ ਖਲੋਂਦੀਆਂ ਨੇ। ਓਏ ਬੇਬੀ ਗਰਲ ਸ਼ਮੀਰ, ਸ਼ਮੀਰ ਬਸ ਫਿਰ ਆਪਣੀਆਂ ਸ਼ਰਾਰਤਾਂ ਉਹਨੇ ਸ਼ੁਰੂ ਕਰ ਦਿੱਤੀਆਂ। ਨਾ ਇੱਧਰ ਵੇਖਿਆ ਨਾ ਉੱਧਰ ਵੇਖਿਆ, ਲਾ ਲਾ ਕੇ ਕੱਪੜੇ ਵੇਖੀ ਜਾਵੇ, ਗੱਲ ਨਾਲ ਲਾਈ ਜਾਵੇ ਤੇ ਮਾਂ ਨੂੰ ਕਹੀ ਜਾਵੇ ਮਾਂ ਮੁਝੇ ਇਹ ਵੀ ਲੈ ਦਿਓ, ਮਾਂ ਮੁਝੇ ਵੋ ਵੀ ਲੈ ਦਿਓ, ਮਾਂ ਇਹ ਮੇਰੇ ਸਾਈਜ਼ ਕਾ, ਮਾਂ ਇਹ ਮੁਝੇ ਪੂਰਾ ਆ ਜਾਏਗਾ। ਮੈਂ ਖੈਰ ਆਖੋ ਉੱਥੇ ਤੈਨੂੰ ਉਹਨਾਂ ਨੂੰ ਹੁਣੇ ਦੁਕਾਨ ਵਿੱਚੋਂ ਬਾਹਰ ਕੱਢ ਦੇਣਾ, ਸ਼ਰਾਰਤਾਂ ਨਹੀਂ ਕਰੀ ਦੀਆਂ ਬਾਹਰ ਆ ਕੇ, ਕਿਉਂਕਿ ਲਾਡ ਤੇ ਆਪਣੇ ਹੀ ਮਾਂ ਪਿਓ ਵੇਖਦੇ ਨੇ। ਘਰੋਂ ਬਾਹਰ ਜਾਈਏ ਤੇ ਪਿੱਛੋਂ ਹਾਲ ਚਾਲ ਪੁੱਛਣ ਵਾਸਤੇ ਕੋਈ ਫੋਨ ਮੈਸੇਜ ਆਵੇ। ਜ਼ਰਾ ਮੈਨੂੰ ਦੱਸਣਾ ਕੌਣ ਕੌਣ ਖੁਸ਼ ਹੁੰਦਾ ਹੈ? ਮੈਂ ਬਾਜ਼ਾਰ ਜਾਵਾਂ ਮੈਨੂੰ ਪਿੱਛੋਂ ਫੋਨ ਆਉਂਦਾ, ਘਰ ਕਦੋਂ ਆਉਣਾ, ਟਾਈਮ ਵੇਖ, ਤੂੰ ਚਲੀ ਜਾਣੀ, ਤੂੰ ਪਿੱਛੋਂ ਭੁੱਲ ਜਾਣੀ ਹੈ ਘਰ ਨੂੰ, ਤੂੰ ਕੁਛ ਖਰੀਦਣਾ ਤੇ ਹੁੰਦਾ ਨਹੀਂ, ਤੂੰ ਫਿਰ ਤੂੰ ਬਾਜ਼ਾਰ ਕੀ ਲੈਣ ਜਾਣੀ ਹੈ? ਮੇਰੀ ਤਾਂ ਬਸ ਫੋਨ ਤੇ ਕਲਾਸ ਹੀ ਹੁੰਦੀ ਹੈ। ਸ਼ੋਪਿੰਗ ਕਰਦੇ ਕਰਦੇ ਕੋਟਨ ਕੈਂਡੀ ਵਾਲਾ ਆ ਗਿਆ, ਬੱਚੇ ਸ਼ੁਰੂ ਹੋ ਗਏ ਹਮਨੇ ਕੋਟਨ ਕੈਂਡੀ ਲੈਣਾ। ਮੈਂ ਆਖਿਆ ਆਹੋ ਆਹੋ ਤੰਗ ਕਰੋ, ਤੁਹਾਨੂੰ ਤੁਹਾਡੀ ਮਾਂ ਲੈ ਕੇ ਦੇਵੇ ਤੇ ਮੈਂ ਵੀ ਫਿਰ ਤੁਹਾਡੇ ਕੋਲੋਂ ਮੁੱਛਾਂ, ਕਿਉਂਕਿ ਮੈਨੂੰ ਤਾਂ ਬੱਚਿਆਂ ਕੋਲੋਂ ਮੁੱਛ ਕੇ ਖਾਣ ਦਾ ਮਜ਼ਾ ਆਉਂਦਾ ਹੈ। ਬਸ ਫਿਰ ਸਿਸਟਰ ਸ਼ਰਟਾਂ ਪਸੰਦ ਕਰਦੀ ਰਹੀ, ਕੱਢ ਕੱਢ ਕੇ ਵੇਖਦੀ ਰਹੀ, ਬਾਲਾਂ ਦੇ ਗੱਲ ਨਾਲ ਲਾਉਂਦੀ ਰਹੀ, ਸਾਈਜ਼ ਚੈੱਕ ਕਰਦੀ ਰਹੀ। ਮੈਨੂੰ ਆਉਂਦੀ ਸਭਾ ਕਿਹੜੀ ਅੱਛੀ, ਕਿਹੜੀ ਲਵਾਂ, ਇਹ ਲੈ ਲਵਾਂ ਕਿ ਉਹ ਲਵਾਂ। ਮੈਂ ਕਿਹਾ ਬੀਬੀ ਪਹਿਲਾਂ ਟੈਗ ਵੇਖ, ਫਿਰ ਜਿਹੜੀ ਤੇਰਾ ਦਿਲ ਕਰਦੇ ਤੂੰ ਉਹ ਲੈ ਲਾ, ਉਹ ਜਦੋਂ ਪੁੱਛੇ ਮੈਂ ਉਹਨੂੰ ਇਹੀ ਜਵਾਬ ਦੇਵਾਂ ਕਿ ਬੀਬੀ ਪਹਿਲਾਂ ਟੈਗ ਵੇਖ। ਕਦੀ ਕਦੀ ਤਾਂ ਮੈਂ ਉਹਨੂੰ ਟੈਗ ਵਿਖਾ ਕੇ ਉਹਦਾ ਦਿਲ ਹੀ ਠੰਡਾ ਕਰ ਦਿੰਦੀ, ਮੈਂ ਨਹੀਂ ਨਾ ਨਾ ਇਹ ਰਹਿਣ ਦੇ ਬੜੀ ਮਹਿੰਗੀ, ਇਹ ਵੀ ਰਹਿਣ ਦੇ ਵੀ ਬੜੀ ਮਹਿੰਗੀ। ਅਤੇ ਕਦੀ ਕਦੀ ਫਿਰ ਮੈਂ ਕਹਿ ਦੇਣੀ ਸਰ ਭੈਣ ਜਿਹੜਾ ਤੇਰਾ ਦਿਲ ਕਰਦੇ ਤੂੰ ਉਹ ਲੈ, ਮੇਰੇ ਪਿੱਛੇ ਨਾ ਲੱਗ। ਵੇਲਾ ਜਿਹੜਾ ਲੈਣਾ।
ਜ਼ਿਆਦਾਤਰ ਤਾਂ ਇੰਜੀ ਹੁੰਦਾ ਸੀ ਜਦੋਂ ਪੁੱਛਦੀ ਸੀ ਮੈਨੂੰ ਸਰ ਜਿਹੜੀ ਤੈਨੂੰ ਪਸੰਦ ਹੈ ਤੂੰ ਲੈ ਜਿਹੜੀ ਤੇਰੇ ਬੱਚਿਆਂ 'ਤੇ ਅੱਛੀ ਲੱਗੇਗੀ ਤੂੰ ਲੈ ਕਿਉਂਕਿ ਤੂੰ ਮਾਂ ਤੈਨੂੰ ਜ਼ਿਆਦਾ ਬਿਹਤਰ ਪਤਾ ਕਿ ਤੇਰੇ ਬੱਚਿਆਂ 'ਤੇ ਕਿਹੜੀ ਅੱਛੀ ਲੱਗਣੀ ਹੈ ਮੈਂ ਕਿਹਾ ਕਿਸੇ ਕੋਲੋਂ ਸਲਾਹ ਮਸ਼ਵਰਾ ਨਾ ਲਿਆ ਕਰ ਆਪਣੀ ਮਰਜ਼ੀ ਕਰਿਆ ਕਰ ਇਹ ਬੜੀ ਅੱਛੀ ਬਾਤ ਕਹੀ ਆ ਹਾਏ ਅੱਲਾ ਬਾਜ਼ਾਰ ਜਾ ਕੇ ਨਾ ਮੈਂ ਬਹੁਤਾ ਚਿਰ ਆਪਣਾ ਮੂੰਹ ਬੰਦ ਨਹੀਂ ਰੱਖ ਸਕਦੀ ਜਿੰਨੀ ਦੇਰ ਮੈਂ ਕੁਛ ਖਾ ਪੀ ਨਾ ਲਵਾਂ ਮੈਂ ਕਿਹਾ ਸਿਸਟਰ 'ਤੇ ਸ਼ੋਪਿੰਗ 'ਤੇ ਧਿਆਨ ਲੱਗੀ ਚੱਲ ਮੈਂ ਬਾਹਰ ਜਾ ਕੇ ਨਾ ਜ਼ਰਾ ਫਰੈਸ਼ ਜੂਸ 'ਤੇ ਪੀਵਾਂ ਫਿਰ ਮੈਂ ਬਾਹਰ ਗਈ ਪਲਾਜ਼ੇ ਦੇ ਨਾਲ ਹੀ ਮਸਮੀਆਂ ਵਾਲਾ ਫਰੈਸ਼ ਜੂਸ ਲੱਗਾ ਸੀ ਮੈਂ ਆਖਿਆ ਬਾਈ ਇੱਕ ਗਲਾਸ ਬਣਾ ਦੇ ਫਰੈਸ਼ ਜੂਸ ਦਾ ਚੱਲ ਘੁੱਟ ਹੈ ਬੱਚੀ ਪੀ ਲਵੇ ਦੀ ਬਾਕੀ ਦਾ ਮੈਂ ਪੀ ਲਵਾਂਗੀ ਇੱਧਰ ਉੱਧਰ ਸ਼ੋਪਿੰਗ ਕਰਦੇ ਤੁਰਦੇ ਫਿਰਦੇ ਸਾਡਾ ਧਿਆਨ ਮੂੰਗਫਲੀ ਵੱਲ ਗਿਆ ਮੈਂ ਆਖਿਆ ਜਿੰਨੀ ਦੇਰ ਮੂੰਹ ਹਿਲਦਾ ਰਹੇ ਮੈਂ ਠੀਕ ਰਹਿੰਦੀ ਹਾਂ ਚਲੋ ਹੁਣ ਮੂੰਗਫਲੀ ਲਈਏ ਅਤੇ ਨਾਲ ਨਾਲ ਖਾਂਦੇ ਰਹੀਏ ਅਤੇ ਬਾਰ ਬਾਰ ਮੇਰਾ ਧਿਆਨ ਜੁੱਤੀ ਵੱਲ ਸੀ ਕਿਉਂਕਿ ਮੇਰੀ ਜੁੱਤੀ ਟੁੱਟ ਰਹੀ ਸੀ ਅਤੇ ਆਖਰੀ ਸਿਰੇ 'ਤੇ ਪਹੁੰਚ ਚੁੱਕੀ ਸੀ ਟੁੱਟਣ ਵਾਸਤੇ ਫਿਰ ਮੈਂ ਦਿਮਾਗ ਨੂੰ ਸਮਝਾਵਾਂ ਕਿ ਕੋਈ ਗੱਲ ਨਹੀਂ ਜੇ ਟੁੱਟ ਵੀ ਗਈ ਤਾਂ ਨੰਗੇ ਪੈਰ ਟੁੱਟ ਲਾਂਦੇ ਕੋਈ ਸ਼ਰਮ ਨਹੀਂ ਸਟਰੋਂਗ ਸਭਾ ਬਸ ਫਿਰ ਮੈਂ ਆਖਿਆ ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਹੈ ਅਤੇ ਦਿਲ ਮੇਰਾ ਬਾਰ ਬਾਰ ਅਤੇ ਧਿਆਨ ਮੇਰਾ ਬਾਰ ਬਾਰ ਜੁੱਤੀ ਵੱਲ ਸੀ ਕਿ ਨਹੀਂ ਇੱਕ ਦਫ਼ਾ ਬਸ ਬਾਜ਼ਾਰ 'ਚੋਂ ਨਿਕਲ ਜਾਈਏ ਅਤੇ ਘਰ ਖਿਆਲ ਨਾਲ ਪਹੁੰਚ ਜਾਈਏ ਫਿਰ ਭਾਵੇਂ ਟੁੱਟ ਜਾਏ ਤਾਂ ਕੋਈ ਗੱਲ ਨਹੀਂ ਅੱਛਾ ਤਾਂ ਨਾ ਲੱਗਦਾ ਹੁਣ ਬਾਜ਼ਾਰ 'ਚ ਜੁੱਤੀ ਟੁੱਟੇ ਅਸੀਂ ਨੰਗੇ ਪੈਰ ਚਲੀਏ ਸਾਡੇ ਪੈਰ ਵਿੱਚ ਕੁਛ ਐਬ ਵੱਜ ਜਾਏ ਬਸ ਫਿਰ ਜਦੋਂ ਥੱਕ ਟੁੱਟ ਗਿਆ ਅਤੇ ਬੱਚੇ ਕਹਿੰਦੇ ਕਿ ਹਮਨੇ ਵੀ ਲਕਸ਼ੇ ਇੱਕ ਪੀਣਾ ਹੈ ਮੈਂ ਕਿਹਾ ਤੁਸੀਂ ਨਾ ਜਾਣ ਛੱਡਣਾ ਤੁਹਾਡਾ ਵੀ ਮੂੰਹ ਬਸ ਮੇਰੇ ਵਾਂਗੂ ਹਿਲਦਾ ਰਹੇ ਤੁਸੀਂ ਵੀ ਚੱਲਦੇ ਫਿਰਦੇ ਰਹਿੰਦੇ ਜੀ ਨਹੀਂ ਤਾਂ ਤੰਗ ਕਰਨ ਲੱਗ ਜਾਂਦੇ ਜੀ ਬਾਜ਼ਾਰ ਵਿੱਚ ਬਸ ਫਿਰ ਮੈਂ ਤਾਂ ਉੱਥੇ ਥੱਕੀ ਟੁੱਟੀ ਬਹਿ ਗਈ ਕੁਰਸੀ 'ਤੇ ਮਿਲਕਸ਼ੇਕ ਵਾਲੇ ਨੂੰ ਮੈਂ ਆਖਿਆ ਤੂੰ ਇਹਨਾਂ ਨੂੰ ਇੱਕ ਇੱਕ ਗਲਾਸ ਮਿਲਕਸ਼ੇਕ ਦਾ ਦੇ ਫਿਰ ਦੋ ਦੋ ਘੁੱਟ ਬੱਚੇ ਪੀਣ ਅਤੇ ਚਾਰ ਚਾਰ ਘੁੱਟ ਮੈਂ ਬੱਚਿਆਂ ਕੋਲੋਂ ਮੁੱਛ ਮੁੱਛ ਕੇ ਪੀਵਾਂ ਖੈਰ ਨਾਲ ਵਾਹਵਾ ਹੀ ਜ਼ਿਆਦਾ ਘੁੰਮ ਫਿਰ ਕੇ ਵਾਹਵਾ ਹੀ ਜ਼ਿਆਦਾ ਖਰੀਦੋ ਫਰੋਖਤ ਕਰਕੇ ਅਤੇ ਜੁੱਤੀਆਂ ਰਹਿ ਗਈਆਂ ਸੀ ਟਾਈਮ ਵੀ ਸ਼ੋਰਟ ਸੀ ਸਿਸਟਰ ਦਾ ਧਿਆਨ ਜੁੱਤੀਆਂ ਵੱਲ ਸੀ ਮੇਰਾ ਧਿਆਨ ਘਰ ਵੱਲ ਸੀ ਮੈਂ ਤਾਂ ਭੈਣ ਨਿਕਲ ਨਿਕਲ ਫਟਾਫਟ ਕਰ ਜੁੱਤੀਆਂ ਫਿਰ ਕਿਸੇ ਦਿਨ ਲੈ ਲਵੀਂ ਟਾਈਮ ਵਾਹਵਾ ਹੀ ਜ਼ਿਆਦਾ ਹੋ ਗਿਆ ਕਹਿੰਦੀ ਆਈਆ ਕੁਛ ਖਾ ਪੀ ਲਈਏ ਮੈਂ ਕਿਹਾ ਤੂੰ ਤਾਂ ਨਹੀਂ ਖਾਧਾ ਤੂੰ ਤਾਂ ਸ਼ੋਪਿੰਗ ਕਰ ਕਰਕੇ ਰੱਜ ਗਈ ਹੈ ਅਸੀਂ ਪੀ ਬਥੇਰਾ ਕੁਛ ਲਿੱਤਾ ਹੈ ਮੈਂ ਕਿਹਾ ਨਿਕਲ ਨਿਕਲ ਫਟਾਫਟ ਨਿਕਲੀਏ ਬਾਹਰ ਨਿਕਲ ਕੇ ਉਦੋਂ ਬਾਅਦ ਅਸੀਂ ਰਕਸ਼ਾ ਕਰਵਾਇਆ ਰਕਸ਼ਾ ਕਰਵਾ ਤੋਂ ਵਿੱਚ ਬੈਠੇ ਅਤੇ ਡਰਦੇ ਡਰਾਉਂਦੇ ਘਰ ਤੱਕ ਪਹੁੰਚੇ ਗਲੀ ਵਿੱਚ ਐਂਟਰ ਹੋ ਕੇ ਮੈਂ ਸਭ ਤੋਂ ਪਹਿਲੇ ਆਪਣੀ ਜੁੱਤੀ ਵੇਖੀ ਮੈਂ ਕਿਹਾ ਸ਼ੁਕਰ ਹੈ ਮੇਰੀ ਜੁੱਤੀ ਨੇ ਮੈਨੂੰ ਘਰ ਤੱਕ ਪਹੁੰਚਾ ਦਿੱਤਾ ਅਤੇ ਅੱਜ ਦਾ ਵਲੋਗ ਇੱਥੇ ਹੀ ਐਂਡ ਕੀਤਾ ਇਨਸ਼ਾਅੱਲਾ ਜ਼ਿੰਦਗੀ ਰਹੀ ਦੁਬਾਰਾ ਕਿਸੇ ਹੋਰ ਵਲੋਗ ਦੇ ਨਾਲ ਹਾਜ਼ਰ ਹੋਵਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖੋ ਦੁਆਵਾਂ ਵਿੱਚ ਯਾਦ ਰੱਖੋ ਅੱਲਾ ਹਾਫਿਜ਼